ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਜੀ ਸਾਡੀ YouTube ਚੈਨਲ ਹਰੀਕਾ ਜੌਬ ਅਲਰਟ ਤੇ ਦੋਸਤੋ ਜੇਕਰ ਤੁਸੀਂ ਚੈਨਲ ਨੂੰ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਹਰ ਨਵੀਂ ਅਪਡੇਟ ਦੇ ਲਈ ਤੇ ਦੋਸਤੋ ਨੈਕਸਟ ਜਿਹੜੇ 20 ਕੁਐਸਚਨ ਨੂੰ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਆ ਐਫਸੀਆਈ ਵਾਚਮੈਨ ਦੇ ਲਈ ਤੇ ਆਓ ਪਹਿਲਾ ਕੁਐਸਚਨ ਸਟਾਰਟ ਕਰਦੇ ਹਾਂ ਦੋਸਤੋ ਹੂ ਵਾਸ ਅ ਫਰਸਟ ਇੰਡੀਅਨ ਐਸਟਰੋਨੌਟ ਪਹਿਲਾ ਇੰਡੀਅਨ ਐਸਟਰੋਨੌਟ ਕੌਣ ਸੀ ਦੋਸਤੋ ਤਾਂ ਇਹ ਸੀ ਰਕੇਸ਼ ਸ਼ਰਮਾ ਪਟਿਆਲਾ ਤੋਂ ਉਹ ਬਿਲੋਂਗ ਕਰਦੇ ਸੀ ਪਟਿਆਲਾ headquarter of international court of justice international court of justice ਜਿਹਨੂੰ icj ਵੀ ਕਿਹਾ ਜਾਂਦਾ ਇਹਦਾ ਜਿਹੜਾ headquarter ਆ ਦੋਸਤੋ ਉਹ ਹੈ ਜੀ ਦਹਾਜ ਨਦਰਲੈਂਡ ਵਿਖੇ ਨੈਕਸਟ ਕੁਐਸਚਨ ਆ ਦੋਸਤੋ ਹਿੰਦੀ ਦਿਵਸ ਕਦੋਂ ਮਨਾਇਆ ਜਾਂਦਾ ਹਿੰਦੀ ਦਿਵਸ ਤੁਹਾਡਾ ਮਨਾਇਆ ਜਾਂਦਾ 14 ਸੈਪਟੈਂਬਰ ਨੂੰ ਵਿਚ ਆਫ ਦਾ ਫੋਲੋਇੰਗ ਇਨਵੈਂਟਡ ਰਾਕਟ ਇਨ ਇੰਡੀਆ ਰਾਕਟ ਕਿਹਨੇ ਇਨਵੈਂਟ ਕੀਤਾ ਸੀ ਇੰਡੀਆ ਦੇ ਵਿੱਚ ਤਾਂ ਇਨਵੈਂਟ ਕੀਤਾ ਸੀ ਦੋਸਤੋ ਹੈਦਰ ਅਲੀ ਨੇ which britisher has fought for indian freedom against empire ਕਿਹੜੇ ਕਿਹੜੇ ਬ੍ਰਿਟਿਸ਼ਰ ਲੜਿਆ ਸੀਗਾ ਤਾਂ ਉਹ ਲੜਿਆ ਸੀ ਦੋਸਤੋ ਵਿਲੀਅਮ ਗਾਰਡਨ ਨੈਕਸਟ ਦੋਸਤੋ which country shares the land border with maximum countries ਕਿਹੜੀ ਕੰਟਰੀ ਹੈ ਕਿ ਜਿਹੜਾ ਲੈਂਡ ਬਾਰਡਰ ਆਪਣਾ ਸ਼ੇਅਰ ਕਰਦੀ ਹੈ ਮੈਕਸਿਮ ਕੰਟਰੀਜ਼ ਨਾਲ ਤਾਂ ਉਹ ਹੈ ਕੰਟਰੀ ਹੈ ਜੀ ਦੋਸਤੋ ਚਾਈਨਾ ਹైదరాబాద్ ਦੀ ਸਿਚੁਏਸ਼ਨ ਵਿੱਚ ਬੈਂਕ ਆਫ ਰਿਵਰ ਤਾਂ ਹైదరాబాద్ ਸਿਚੁਏਟਰ ਹੈ ਦੋਸਤੋ ਮੂਸੀ ਨਦੀ ਦੇ ਕਿਨਾਰੇ ਵਿਚ ਗੈਸ ਮੇਨਲੀ ਫਾਊਂਡ ਇਨ ਬਾਇਓ ਗੈਸ ਬਾਇਓ ਗੈਸ ਦੇ ਵਿੱਚ ਕਿਹੜੀ ਗੈਸ ਮੇਨਲੀ ਪਾਈ ਜਾਂਦੀ ਹੈ ਮੀਥੇਨ ਪਾਈ ਜਾਂਦੀ ਹੈ ਦੋਸਤੋ ਅਰਥ ਰੋਟੇਟਸ ਓਨ ਇਟਸ ਐਕਸਿਸ ਅਰਥ ਕਿਸ ਮਤਲਬ ਦਿਸ਼ਾ ਦੇ ਵਿੱਚ ਘੁੰਮਦੀ ਹੈ ਤਾਂ ਵੈਸੇ ਜੇ ਆਪਾਂ ਕਲੌਕਵਾਈਜ਼ ਦੇਖੀਏ ਤਾਂ ਇਹ ਐਂਟੀ ਕਲੌਕਵਾਈਜ਼ ਘੁੰਮਦੀ ਹੈ ਇੱਕ ਤਰੀਕੇ ਨਾਲ ਵੈਸਟ ਟੂ ਈਸਟ ਡਾਇਰੈਕਸ਼ਨ ਦੇ ਵਿੱਚ ਇਹ ਅਰਥ ਘੁੰਮਦੀ ਹੈ ਠੀਕ ਹੈ ਕਈ ਵਾਰ ਪੇਪਰ ਦੇ ਵਿੱਚ ਆ ਜਾਂਦਾ ਉਲਝਾਉਣ ਦੇ ਲਈ ਤਾਂ ਵੈਸਟ ਤੋਂ ਈਸਟ ਡਾਇਰੈਕਸ਼ਨ ਵੱਲ ਜਿਹੜੀ ਅਰਥ ਰੋਟੇਟ ਕਰਦੀ ਹੈ ਆਪਣੇ ਐਕਸਿਸ ਦੇ ਉੱਤੇ ਇਨ ਵਿਚ ਇਅਰ ਐਮਾਜ਼ਨ ਵਾਸ ਐਸਟੈਬਲਿਸ਼ ਐਮਾਜ਼ਨ ਕਿਹੜੇ ਸਾਲ ਦੇ ਵਿੱਚ ਐਸਟੈਬਲਿਸ਼ ਕੀਤੀ ਗਈ 1994 ਏਡੀ ਦੇ ਵਿੱਚ ਐਮਾਜ਼ਨ ਐਸਟੈਬਲਿਸ਼ ਕੀਤੀ ਗਈ ਹੂ ਸੈਡ ਸੁਤੰਤਰਤਾ ਮੇਰਾ ਜਨਮ ਸਿੱਧ ਅਧਿਕਾਰ ਹੈ ਮੈਂ ਇਸੇ ਲੇਖ ਕਰ ਰਹੂੰਗਾ ਤਾਂ ਇਹ ਕਿਹਾ ਸੀ ਦੋਸਤੋ ਬੀਜੀ ਤਿਲਕ ਨੇ ਬਾਲ ਗੰਗਾਧਰ ਤਿਲਕ ਨੇ ਵਿਚ ਵਾਸ ਦਾ ਫਸਟ ਹਿੰਦੀ ਲੈਂਗੁਏਜ ਨਿਊਜ਼ਪੇਪਰ ਪਹਿਲਾ ਹਿੰਦੀ ਲੈਂਗੁਏਜ ਨਿਊਜ਼ਪੇਪਰ ਕਿਹੜਾ ਸੀ ਇਹ ਸੀ ਉਡੰਤ ਮਾਰਤੰਡ ਆਵਰ ਸੋਲਰ ਸਿਸਟਮ ਐਗਜ਼ਿਸਟੈਂਸ ਵਿੱਚ ਗੈਲੈਕਸੀ ਆਪਣਾ ਜਿਹੜਾ ਸੋਲਰ ਸਿਸਟਮ ਹੈ ਕਿਹੜੀ ਗੈਲੈਕਸੀ ਦੇ ਵਿੱਚ ਉਹ ਮਿਲਕੀ ਵੇ ਗੈਲੈਕਸੀ ਦੇ ਵਿੱਚ ਪਾਇਆ ਜਾਂਦਾ ਤੁਲਸੀਦਾਸ ਹੈਜ਼ ਰਿਟਨ ਰਾਮਚ੍ਰਿਤ ਮਾਨਸਾ ਵਿੱਚ ਹਿੰਦੀ ਸਕ੍ਰਿਪਟ ਤੁਲਸੀਦਾਸ ਨੇ ਰਾਮਚ੍ਰਿਤ ਮਾਨਸਾ ਜਿਹੜੀ ਅਬਦੀ ਸਕ੍ਰਿਪਟ ਦੇ ਵਿੱਚ ਅਬਦੀ ਹਿੰਦੀ ਸਕ੍ਰਿਪਟ ਦੇ ਵਿੱਚ ਲਿਖੀ ਸੀ ਇੰਡੀਆ ਹੈਜ਼ ਵਨ 8 ਟਾਈਮ 골ਡ ਮੈਡਲ ਇਨ ਵਿੱਚ 올림픽 ਗੇਮ ਤਾਂ ਇੰਡੀਆ ਨੇ ਹਾਕੀ ਦੇ ਵਿੱਚ 8 ਵਾਰ 골ਡ ਜਿੱਤਿਆ ਦੋਸਤੋ ਵੇਅਰ ਇਜ਼ ਅ ਹੈੱਡਕਵਾਰਟਰ ਆਫ ਇੰਟਰਨੈਸ਼ਨਲ 올림픽ਸ ਇੰਟਰਨੈਸ਼ਨਲ 올림픽ਸ ਦਾ ਹੈੱਡਕਵਾਰਟਰ ਕਿੱਥੇ ਹੈ ਜੀ ਲੋਸਾਨੇ ਦੇ ਵਿੱਚ ਹੈ ਵਿਚ ਆਫ ਦ ਫੋਲੋਇੰਗ ਕਲਰ ਇਜ਼ ਨਾਟ ਪ੍ਰੈਜ਼ੈਂਟ ਆਫ 올림픽 ਲੋਗੋ 올림픽 ਲੋਗੋ ਦੇ ਵਿੱਚ ਕਿਹੜਾ ਕਲਰ ਜਿਹੜਾ ਪ੍ਰੈਜ਼ੈਂਟ ਨਹੀਂ ਹੁੰਦਾ ਤਾਂ ਉਹ ਪ੍ਰੈਜ਼ੈਂਟ ਕਿਹੜਾ ਨਹੀਂ ਹੁੰਦਾ ਦੋਸਤੋ ਬ੍ਰਾਊਨ ਕਲਰ 올림픽 ਲੋਗੋ ਦੇ ਵਿੱਚ ਨਹੀਂ ਹੁੰਦਾ 올림픽 2020 ਵਾਸ ਸ਼ਡਿਊਲ ਟੂ ਬੀ ਹੈਲਡ ਇਨ ਵਿਚ ਕੰਟਰੀ 올림픽 2020 ਤੁਹਾਡਾ ਕਿੱਥੇ ਸ਼ਡਿਊਲ ਕੀਤਾ ਗਿਆ ਸੀ ਇਹ ਕੀਤਾ ਗਿਆ ਦੋਸਤੋ ਜਾਪਾਨ ਦੇ ਵਿੱਚ ਵਿਚ ਆਰਗਨ ਆਫ ਹਿਊਮਨ ਬਾਡੀ ਫਿਲਟਰਸ ਯੂਰੀਆ ਫਰਮ ਬਲੱਡ ਕਿਹੜਾ ਆਰਗਨ ਜਿਹੜਾ ਬਲੱਡ ਦੇ ਵਿੱਚੋਂ ਯੂਰੀਆ ਫਿਲਟਰ ਕਰਦਾ ਤਾਂ ਉਹ ਹੈ ਆਰਗਨ ਦੋਸਤੋ ਕਿਡਨੀ ਹੂ ਰੋਡ ਫੇਮਸ Song ਝੰਡਾ ਉੱਚਾ ਰਹਿ ਮਾਰਾ ਝੰਡਾ ਉੱਚਾ ਰਹਿ ਮਾਰਾ ਆ ਮਸ਼ਹੂਰ ਗੀਤ ਹੈ ਜਿਹੜਾ ਇਹ ਕਿਹਨੇ ਲਿਖਿਆ ਇਹ ਲਿਖਿਆ ਜੀ ਸ਼ਾਮ ਲਾਲ ਗੁਪਤਾ ਪ੍ਰਸਾਦ ਨੇ ਤਾਂ ਦੋਸਤੋ ਇਹ ਸੀ 20 ਕੁਐਸਚਨ ਤੇ ਸਾਰੇ ਕੁਐਸਚਨ ਇਹ लूसਨ ਦੀ ਬੁੱਕ ਦੇ ਵਿੱਚੋਂ ਲਏ ਗਏ ਨੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਤੱਕ 올 ਦੀ ਬੈਸਟ